ਸਦਮੇ 'ਚ ਬੈਠਾ ਇਹ ਪਰਿਵਾਰ ਜਿਨ੍ਹਾਂ ਦੀ ਧੀ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਹਲੇ ਦਸੰਬਰ ਮਹੀਨੇ ਦੇ ਵਿੱਚ ਉਹ ਸਟੱਡੀ ਵੀਜ਼ਾ 'ਤੇ ਕੈਨੇਡਾ ਪਹੁੰਚੀ ਸੀ ਤਾਂ ਕੰਮ ਨਾ ਮਿਲਣ ਨੂੰ ਕਰਕੇ ਲਗਾਤਾਰ ਉਹ ਪਰੇਸ਼ਾਨ ਚੱਲ ਰਹੀ ਸੀ ਜਿਸ ਕਾਰਨ ਉਸਦੀ ਮੌਤ ਹੋ ਗਈ ਹੈ। ਤਾਂ ਜਿਵੇਂ ਹੀ ਇਹ ਜਾਣਕਾਰੀ ਪਰਿਵਾਰ ਨੂੰ ਲੱਗੀ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਤਾਂ ਦੱਸ ਦਈਏ ਕਿ ਇਸ ਮਹਿਲਾ ਦਾ ਹਲੇ ਕੁਝ ਹੀ ਸਮਾਂ ਪਹਿਲਾਂ ਵਿਆਹ ਹੋਇਆ ਸੀ ਤਾਂ ਵਿਆਹ ਤੋਂ ਬਾਅਦ ਇਹ ਵਿਦੇਸ਼ ਪਹੁੰਚੀ ਸੀ ਤਾਂ ਹੁਣ ਵਿਦੇਸ਼ ਦੇ ਵਿੱਚ ਜਾ ਕੇ ਇਸ ਲੜਕੀ ਦੀ ਮੌਤ ਹੋ ਗਈ ਹੈ। ਤਾਂ ਲੜਕੀ ਦੇ ਪਿਤਾ ਨੇ ਦੱਸਿਆ ਕਿ 2023 ਦੇ ਵਿੱਚ ਉਹਨਾਂ ਨੇ ਆਪਣੀ ਧੀ ਗੁਰਮੀਤ ਕੌਰ ਨੂੰ ਕੈਨੇਡਾ ਦੇ ਸਰੀ ਦੇ ਵਿੱਚ ਪੜ੍ਹਾਈ ਦੇ ਲਈ ਭੇਜਿਆ ਸੀ ਤਾਂ ਜਿਸ ਤੋਂ ਬਾਅਦ ਹੁਣ ਕੈਨੇਡਾ ਦੀ ਪੁਲਿਸ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦੀ ਧੀ ਦੀ ਮੌਤ ਹੋ ਗਈ ਹੈ। ਤਾਂ ਕੁੜੀ ਦੇ ਨਾਲ ਰਹਿੰਦੀਆਂ ਉਸਦੀਆਂ ਸਹੇਲੀਆਂ ਨੇ ਵੀ ਇਸ ਸੰਬੰਧੀ ਪਰਿਵਾਰ ਨੂੰ ਜਾਣਕਾਰੀ ਦਿੱਤੀ ਤਾਂ ਇਹ ਸੁਣ ਕੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ। ਤਾਂ ਉਹਨਾਂ ਦੱਸਿਆ ਕਿ ਸਰੀ ਦੇ ਵਿੱਚ ਹੀ ਉਹਨਾਂ ਦਾ ਭਤੀਜਾ ਅਤੇ ਕੁਝ ਹੋਰ ਜਾਣਕਾਰ ਵੀ ਰਹਿੰਦੇ ਨੇ ਜਿਨ੍ਹਾਂ ਦੇ ਨਾਲ ਲਗਾਤਾਰ ਹੁਣ ਉਹ ਸੰਪਰਕ ਦੇ ਵਿੱਚ ਨੇ। ਤਾਂ ਉਹਨਾਂ ਨੇ ਦੱਸਿਆ ਕਿ ਦਸੰਬਰ ਦੇ ਵਿੱਚ ਉਹਨਾਂ ਨੇ ਆਪਣੀ ਧੀ ਨੂੰ ਵਿਆਹ ਕੇ ਕੈਨੇਡਾ ਭੇਜਿਆ ਸੀ ਤਾਂ ਉਸਦਾ ਪਤੀ ਹਾਲੇ ਕੈਨੇਡਾ ਨਹੀਂ ਗਿਆ, ਉਹ ਫਿਲਹਾਲ ਪੰਜਾਬ ਦੇ ਵਿੱਚ ਹੀ ਹੈ। ਤਾਂ ਕਈ ਸਮੇਂ ਤੋਂ ਉਸਨੂੰ ਕੰਮ ਨਹੀਂ ਮਿਲ ਰਿਹਾ ਸੀ ਜਿਸ ਕਾਰਨ ਉਹ ਲਗਾਤਾਰ ਪਰੇਸ਼ਾਨ ਚੱਲ ਰਹੀ ਸੀ। ਤਾਂ ਹੁਣ ਉਸਦੀ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਲੜਕੀ ਭਦੌੜ ਦੀ ਰਹਿਣ ਵਾਲੀ ਸੀ ਤਾਂ ਪਿਤਾ ਨੇ ਇਸ ਸੰਬੰਧੀ ਦੱਸਿਆ ਕਿ ਹੁਣ ਉਸਦੀ ਲਾਸ਼ ਨੂੰ ਭਦੌੜ ਵਾਪਸ ਮੰਗਵਾਉਣ ਲਈ ਕਰੀਬ 13 ਤੋਂ 14 ਲੱਖ ਰੁਪਇਆ ਲੱਗੇਗਾ ਜਿਸਦੇ ਵਿੱਚ ਉਹ ਅਸਮਰਥ ਨੇ। ਤਾਂ ਉਹਨਾਂ ਦੇ ਵੱਲੋਂ ਸਰਕਾਰ ਅੱਗੇ ਅਪੀਲ ਵੀ ਕੀਤੀ ਗਈ ਹੈ ਕਿ ਉਹਨਾਂ ਦੀ ਧੀ ਦੀ ਲਾਸ਼ ਨੂੰ ਪੰਜਾਬ ਲਿਆਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ। ਕਾਰਨ ਤਾਂ ਇਹ ਅਚਾਨਕ ਮੌਤ ਹੋਈ ਹੈ ਜੀ, ਇਹ ਸਰੀ ਦੇ ਵਿੱਚ ਰਹਿ ਰਹੀ ਸੀਗੀ ਅਤੇ ਆਪਾਂ 29 ਦਸੰਬਰ ਨੂੰ ਇੱਥੋਂ ਭੇਜੀ ਆ, ਤਕਰੀਬਨ 8 ਕੁ ਮਹੀਨੇ ਹੋਏ ਨੇ ਪਹੁੰਚੀ ਨੂੰ ਅਤੇ ਮਤਲਬ ਪੜ੍ਹਨ ਵੇਸ 'ਤੇ ਗਈ ਸੀ, ਪੜ੍ਹ ਰਹੀ ਸੀਗੀ। ਸਾਨੂੰ ਕੁੜੀਆਂ ਦਾ ਫੋਨ ਆਇਆ ਜੀ, ਪੁਲਿਸ ਦਾ ਫੋਨ ਆਇਆ ਉੱਥੋਂ, ਉਹ ਕਹਿੰਦੇ ਵੀ ਤੁਹਾਡੀ ਬੱਚੀ ਦੀ ਅਚਾਨਕ ਮੌਤ ਹੋ ਗਈ। ਕੁੜੀਆਂ 'ਚ ਦੇਖਿਆ ਜੀ, ਪੁਲਿਸ ਨੂੰ ਕਾਲ ਕਰੀ, ਪੁਲਿਸ ਆ ਕੇ ਹੈਂਡਓਵਰ ਕਰੀ ਬੋਡੀ ਅਤੇ ਪੁਲਿਸ ਦੀ ਕਾਲ ਆਈ ਹੈ ਜੀ। ਨਹੀਂ ਅਜੇ ਕਿਸੇ ਨਾਲ ਹੋਈ ਨਹੀਂ ਜੀ ਗੱਲ, ਅਜੇ ਕਰ ਰਹੇ ਹਾਂ ਜੀ ਗੱਲਬਾਤ। ਮੀਤ ਹੈ ਨੂੰ ਭੇਜੇ ਸੀਗੇ ਮੈਸੇਜ ਵਗੈਰਾ, ਮਾੜੀ ਮੋਟੀ ਗੱਲ ਰਿਸਪੋਂਸ ਅਜੇ ਕੋਈ ਨਹੀਂ ਮਿਲਿਆ ਸਾਨੂੰ ਅਤੇ ਅਸੀਂ ਬੋਡੀ ਨਾਲ ਸਰਕਾਰ ਅੱਗੇ ਕਹਿੰਦੇ ਹਾਂ ਸਾਡੀ ਬੋਡੀ ਇੱਥੇ ਲਿਆਂਦੀ ਜਾਵੇ, ਸਾਡੀ ਜਿੰਨੀ ਮਦਦ ਕਰੀ ਜਾਵੇ। ਕੰਮ ਤਾਂ ਡਰਾਈਵਰੀ ਦਾ ਜੀ, ਡਰਾਈਵਰੀ ਕਰਦੇ। 14 ਤੋਂ 15 ਲੱਖ ਰੁਪਈਆ ਦੱਸ ਰਿਹਾ ਜੀ। ਸਰਕਾਰ ਜਿਹੜੀ ਮਦਦ ਕਰੀਏ, ਅਸੀਂ ਬੋਡੀ ਜਿਹੜੀ ਮੰਗਾ ਕੇ ਸਾਡੀ ਮਦਦ ਕਰੀ, ਆਰਥਿਕ ਇੰਨੀ ਸਾਡੀ ਹੈ ਨਹੀਂ, ਪੂੰਜੀ ਵੇਚਦਾ ਇੰਨੇ ਪੈਸੇ ਲਾ ਸਕੀ। ਬਹੁਤ ਮਾੜੀ ਗੱਲ ਹੋਈ ਜੀ, ਬਹੁਤ ਹੀ ਅੱਧੋਂ ਵੱਧ ਮਾੜੀ ਹੋਈ। ਚਾਹੁੰਦੇ ਹਾਂ ਚਲੋ ਉਹਦੀ ਵਿਚਾਰੀ ਦੀ ਡੈਡ ਬੋਡੀ ਇੱਥੇ ਜਲਦੀ ਤੋਂ ਜਲਦੀ ਆ ਜਾਏ ਇਹਨਾਂ ਕੋਲ, ਅਤੇ ਆਪਦਾ ਇਹ ਜਿਹੜਾ ਹੁੰਦਾ ਕੋਈ ਰਸਮਾਂ ਕਿਰਿਆ ਕੰਮ ਕਰ ਸਕਣ ਉਹਦਾ ਜੀ। ਇਹ ਪਹਿਲਾਂ ਤਾਂ ਡਰਾਈਵਰੀ ਕਰਦੇ ਸੀਗੇ ਜੀ, ਹੁਣ ਮਤਲਬ ਉੱਥੇ ਕੰਪਨੀ 'ਚ ਉੱਥੇ ਟਰਾਈਡੈਂਟ ਵਾਲਿਆਂ ਦੀ ਪ੍ਰਾਈਵੇਟ ਨੌਕਰੀ ਉੱਥੇ ਕਰਦੇ ਜੀ। ਪਹਿਲਾਂ ਟਰੱਕ ਡਰਾਈਵਰ ਸੀ, ਬਾਹਰ ਬੂਹਰ ਚਲਾਉਂਦੇ ਸੀ ਗੱਡੀ। ਜਿਵੇਂ ਖਰਚਾ ਦੱਸਿਆ ਜਾ ਰਿਹਾ ਕਾਫੀ ਲੱਖਾਂ ਦਾ ਖਰਚਾ ਜੀ, ਕੀ ਪਰਿਵਾਰ ਇਸ ਖਰਚੇ ਨੂੰ ਚੱਕ ਸਕਦਾ ਜੀ? ਨਹੀਂ ਜੀ, ਇੰਨਾ ਖਰਚਾ ਕਿਵੇਂ ਕਰਨਗੇ, ਪਹਿਲਾਂ ਹੀ ਲਾ ਕੇ ਬਥੇਰੇ ਪੈਸੇ ਲਾ ਕੇ ਭੇਜੀਏ ਇਹਨਾਂ ਨੇ, ਔਖੇ ਸੌਖੇ ਹੋ ਗਏ। ਅਜੇ 7-8 ਮਹੀਨੇ ਪਹਿਲਾਂ ਹੋਏ ਗਈ ਨੂੰ ਉਸਨੂੰ।